ਜਸਵੀਰ ਸਿੰਘ ਬੋਪਰ ਆਏ ਪ੍ਰਧਾਨ ਆਜ਼ਾਦ ਟੈਕਸੀ ਯੂਨੀਅਨ ਸ੍ਰੀ ਅੰਮ੍ਰਿਤਸਰ ਸਾਹਿਬ। ਸਰ ਜੀ, ਜੋ ਵੀ ਕਾਨੂੰਨ ਲਾਗੂ ਕੀਤੇ ਗਏ ਆ ਬਿਲਕੁਲ ਗਲਤ ਆ ਜੀ, ਸਾਰਿਆਂ ਵਾਸਤੇ ਗਲਤ ਆ। ਤਕਰੀਬਨ ਪਬਲਿਕ ਨੂੰ ਇਸ ਗੱਲ ਦੀ ਜਾਣਕਾਰੀ ਹੈ ਨਹੀਂ ਕਿ ਇਹ ਕਾਨੂੰਨ ਸਾਰਿਆਂ ਵਾਸਤੇ ਲਾਗੂ ਆ ਜੀ। ਜੇ ਕੋਈ ਘਰੋਂ ਆਪਣਾ ਦੋ ਪਹੀਆ ਵਾਹਨ ਲੈ ਕੇ ਨਿਕਲਦਾ, ਕੋਈ ਮੋਟਰਸਾਈਕਲ, ਕੋਈ ਬਾਈਕ ਲੈ ਕੇ ਨਿਕਲਦਾ, ਕੋਈ ਘਰੇਲੂ ਕਾਰ ਟੈਕਸੀ ਲੈ ਕੇ ਨਿਕਲਦਾ, ਜਾਂ ਕੋਈ ਬੱਸ ਟਰੱਕ ਵਾਲਾ, ਇਹ ਸਾਰਿਆਂ ਵਾਸਤੇ ਕਾਨੂੰਨ ਲਾਗੂ ਆ ਜੀ। ਇਨ ਕੇਸ ਜੇ ਕਿਸੇ ਦਾ ਐਕਸੀਡੈਂਟ ਹੋਇਆ 7 ਸਾਲ ਦੀ ਕੈਦ ਅਤੇ 10 ਲੱਖ ਦਾ ਜੁਰਮਾਨਾ ਜੀ, ਬਿਲਕੁਲ ਨਜਾਇਜ਼ ਹੋ ਰਿਹਾ ਜੀ। ਜੋ ਡਰਾਈਵਰ ਸਾਡੇ ਅੱਜ ਪਰਿਵਾਰ ਪਾਲ ਰਹੇ ਨੇ, ਉਹ ਦੱਸੋ ਕੀ ਕਰਨਗੇ, ਕਿਵੇਂ ਪੈਸੇ ਦੇਣਗੇ, ਕੀ ਕਰਨਗੇ ਉਹ। ਹਾਦਸਾ ਜਿਹੜਾ ਐਕਸੀਡੈਂਟ ਆ ਜੀ, ਇੱਕ ਐਕਸੀਡੈਂਟ ਇੰਗਲਿਸ਼ ਵਰਡ ਆ, ਹਾਦਸਾ ਆਪਾਂ ਪੰਜਾਬੀ 'ਚ ਕਹਾਂਗੇ। ਹਾਦਸਾ ਕੋਈ ਜਾਣਬੁੱਝ ਕੇ ਨਹੀਂ ਕਰਦਾ, ਕੋਈ ਕਿਸੇ ਦੀ ਦੁਸ਼ਮਣੀ ਨਹੀਂ ਹੁੰਦੀ। ਅਚਾਨਕ ਕਦੀ ਵੀ ਕਿਤੇ, ਜਿਵੇਂ ਹੁਣ ਅੱਜ ਕੱਲ੍ਹ ਫੋਗ ਦਾ ਸੀਜ਼ਨ ਆ, ਧੁੰਦ ਦਾ ਸੀਜ਼ਨ ਆ, ਅਚਾਨਕ ਹਾਦਸੇ ਹੋ ਰਹੇ ਆ। ਬਾਕੀ ਜੋ ਕੁਝ ਡਰਾਈਵਰ ਨਾਲ ਹੋ ਰਿਹਾ ਬਹੁਤ ਬੁਰਾ ਹੋ ਰਿਹਾ ਜੀ, ਸੈਂਟਰ ਗੌਰਮੈਂਟ ਕਰ ਰਹੀ ਆ ਸਾਡੀ, ਜਾਂ ਪੰਜਾਬ ਗੌਰਮੈਂਟ ਕਰ ਰਹੀ ਆ, ਕੋਈ ਡਰਾਈਵਰ ਦੀ, ਅਸਲ ਦੇ ਵਿੱਚ ਇਹ ਆ ਜੀ, ਡਰਾਈਵਰ ਨੂੰ ਲੋਕ ਬੰਦਾ ਹੀ ਨਹੀਂ ਸਮਝਦੇ। ਅਸੀਂ ਖੁਦ ਇਹ ਕਰਕੇ ਵੇਖਿਆ, ਮੈਂ ਖੁਦ ਡਰਾਈਵ ਕਰਦਾ ਜੀ, ਮੇਰੀਆਂ ਆਪਣੀਆਂ ਗੱਡੀਆਂ, ਮੇਰਾ ਆਪਣਾ ਟਰੈਵਲ ਆ, ਮੈਂ ਸਾਰਾ ਕੁਝ ਕਰਦਾ। ਡਰਾਈਵਰ ਨੂੰ ਲੋਕ ਬੰਦਾ ਹੀ ਨਹੀਂ ਸਮਝਦੇ, ਡਰਾਈਵਰ ਨੂੰ ਲੋਕ ਰੋਟੀ ਤੱਕ ਨਹੀਂ ਪੁੱਛਦੇ। ਇੱਕ ਬੰਦਾ 6 ਬੰਦਿਆਂ ਨੂੰ ਆਪਣੀ ਜਾਨ ਤਲੀ ਉੱਤੇ ਅੱਗੇ ਬੈਠ ਕੇ ਲੈ ਕੇ ਜਾਂਦਾ, ਪਿੱਛੇ ਕਿਸੇ ਲੋਕ ਮਸਤੀ ਕਰਦੇ ਜਾਂਦੇ, ਕੋਈ ਕਿਸੇ ਨੂੰ ਟੈਨਸ਼ਨ ਨਹੀਂ, ਕੋਈ ਚਾਹ ਪਾਣੀ ਦੀ ਗੱਲ ਹੀ ਨਹੀਂ ਉਹ ਜੀ। ਡਰਾਈਵਰ ਦਾ ਇੰਨਾ ਬੁਰਾ ਹਾਲ ਹੋ ਗਿਆ ਜੀ। ਉੱਤੋਂ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਆ ਜੀ, 7 ਸਾਲ ਦੀ ਸਜ਼ਾ, 10 ਲੱਖ ਦਾ ਜੁਰਮਾਨਾ। ਤਕਰੀਬਨ ਸਾਡੇ 70-80% ਡਰਾਈਵਰ ਉਹ ਜਿਨ੍ਹਾਂ ਕੋਲ ਆਪਣੀ ਪੋਲਿਸੀ ਆ ਨਹੀਂ, 1-2 ਲੱਖ ਦੀ, ਜਿਵੇਂ ਕੋਈ ਵੀ ਕਿਸੇ ਵੀ ਬੈਂਕ ਦੀ LLC ਦੀ ਪੋਲਿਸੀ, ਕਿਸੇ ਕੋਲ ਕੋਈ ਪੋਲਿਸੀ ਹੈ ਨਹੀਂ, ਜਿਹੜਾ ਬੰਦਾ ਆਪਣੀ ਪੋਲਿਸੀ ਨਹੀਂ ਤਾਰ ਸਕਦਾ, ਤਕਰੀਬਨ ਤਿੰਨਾਂ ਮਹੀਨਿਆਂ ਦਾ 3200-3300 ਰੁਪਇਆ ਉਹਦਾ ਪ੍ਰੀਮੀਅਮ ਆਉਂਦਾ ਜੀ, ਉਹ ਨਹੀਂ, ਦੱਸੋ ਬੰਦਾ 10 ਲੱਖ ਕਿੱਥੋਂ ਦੇਊਗਾ, ਕੀ ਕਰੂਗਾ ਬੰਦਾ, ਉਹ ਕਿਵੇਂ ਚੱਲੂਗਾ, ਸਾਨੂੰ ਤਾਂ ਸਮਝ ਨਹੀਂ ਆ ਰਹੀ ਕੋਈ ਜੀ। ਇਸੇ ਵਿੱਚ ਸਾਡਾ ਵਿਰੋਧ ਹੈ ਜੀ। ਅਸੀਂ ਤਾਂ ਵੇਖੋ ਜੀ, ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ, ਪ੍ਰਸ਼ਾਸਨ ਨੂੰ ਦੱਸ ਕੇ ਕਰ ਰਹੇ ਹਾਂ, 2 ਘੰਟੇ ਦਾ ਅਸੀਂ ਟਾਈਮ ਲਿਆ ਹੋਇਆ, ਕੋਈ ਆਵਾਜਾਈ ਨਹੀਂ ਰੋਕ ਰਹੇ, ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਆਪਣਾ ਕਰ ਰਹੇ ਹਾਂ। ਜੋ ਰੋਸ ਆ ਸਾਡਾ ਸਰਕਾਰਾਂ ਦੇ ਵਿਰੁੱਧ ਆ, ਸਾਡਾ ਕਿਸੇ ਆਵਾਜਾਈ ਨੂੰ ਬਿਲਕੁਲ ਆਵਾਜਾਈ ਚੱਲ ਰਹੀ ਆ, ਕੋਈ ਆਵਾਜਾਈ 'ਚ ਵਿਘਨ ਨਹੀਂ ਪੈ ਰਿਹਾ। ਅਸੀਂ ਆਪਣੀਆਂ ਮੰਗਾਂ ਕਹਿੰਦੀਆਂ, ਸਾਡੀਆਂ ਮੰਗਾਂ ਮੰਨੀਆਂ ਜਾਣ, ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਗੇਂਸਟ ਜੋ ਵੀ ਹੋਇਆ ਵੇਖੋ ਜੀ, ਅਸੀਂ ਆਪਣਾ ਪ੍ਰਦਰਸ਼ਨ ਕਰਾਂਗੇ, ਤਾਂ ਜੀ ਸਾਡਾ ਰਾਈਟ ਆ ਉਹ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਜਿੰਦਰ ਸਿੰਘ ਹੁੰਦਲ ਹੈ, ਮੈਂ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦਾ ਪੰਜਾਬ ਸੈਕਟਰੀ ਹਾਂ ਜੀ। ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਜੀ, ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਸ਼ਾਂਤੀਪੂਰਵਕ ਪ੍ਰੋਟੈਸਟ ਹੈ, ਔਰ ਇਸ ਵਿੱਚ ਅਸੀਂ ਕੋਈ ਰਸਤਾ ਨਹੀਂ ਰੋਕ ਰਹੇ, ਸਿਰਫ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਜਿਹੜੇ ਸਰਕਾਰ ਨੇ ਨਵੇਂ ਕਾਲੇ ਕਾਨੂੰਨ ਡਰਾਈਵਰਾਂ 'ਤੇ ਥੋਪੇ ਨੇ ਉਹਨਾਂ ਬਾਰੇ। ਕਿਤੇ ਲੋਕ ਇਹ ਨਾ ਸਮਝਣ ਕਿ ਇਹ ਜਿਹੜੇ ਕਾਲੇ ਕਾਨੂੰਨ ਆ, ਇਹ ਸਿਰਫ ਟੈਕਸੀ, ਟਰੱਕ, ਬੱਸ ਚਾਲਕਾਂ ਵਾਸਤੇ ਆ, ਇਹ ਜਿਹਦਾ ਭਾਰਤੀ ਡਰਾਈਵਿੰਗ ਲਾਇਸੈਂਸ ਆ, ਇਹ ਕਾਨੂੰਨ ਉਹਦੇ 'ਤੇ ਵੀ ਲਾਗੂ ਹੁੰਦੇ, ਚਾਹੇ ਉਹ ਬੈਟਰੀ ਰਿਕਸ਼ਾ ਚਲਾਉਂਦਾ, ਚਾਹੇ ਆਟੋ ਚਲਾਉਂਦਾ, ਕੋਈ ਮੋਟਰਸਾਈਕਲ, ਸਕੂਟਰ, ਚਾਹੇ ਉਹ ਲੇਡੀ ਆ, ਚਾਹੇ ਉਹ ਜੈਂਟਸ ਆ, ਇਹ ਸਾਰਿਆਂ 'ਤੇ ਉਹ ਕਾਨੂੰਨ ਲਾਗੂ ਹੁੰਦੇ ਨੇ ਜੀ। ਇਹ ਕਾਨੂੰਨ ਜਿਹੜਾ ਜੀ, ਇੱਕ ਤਰਫਾ ਕਾਨੂੰਨ ਬਣਾਇਆ ਗਿਆ ਹੈ, ਇਸ ਦੇ ਵਿੱਚ ਸਿਰਫ ਤੇ ਸਿਰਫ ਡਰਾਈਵਰ ਨੂੰ ਸਜ਼ਾ ਦੱਸੀ ਹੈ ਜੀ। ਜੇ ਹਿੱਟ ਐਂਡ ਰਨ ਦਾ ਕੇਸ ਹੁੰਦਾ ਹੈ ਤਾਂ ਉਹਦੇ ਵਿੱਚ ਡਰਾਈਵਰ ਨੂੰ 10 ਸਾਲ ਦੀ ਸਜ਼ਾ, 7 ਲੱਖ ਰੁਪਈਆ ਜੁਰਮਾਨਾ ਕਿਹਾ ਗਿਆ, ਪਰ ਉਹਦੇ ਵਿੱਚ ਇਹ ਨਹੀਂ ਦੇਖਿਆ ਗਿਆ ਕਿ ਡਰਾਈਵਰ ਭੱਜਦਾ ਕਿਉਂ ਆ ਮੌਕੇ ਤੋਂ। ਉਹ ਭੱਜਦਾ ਇਸ ਕਰਕੇ ਆ ਕਿ ਜਿਹੜੀ ਉੱਥੇ ਭੀੜ ਇਕੱਠੀ ਹੁੰਦੀ ਹੈ, ਉਹ ਡਰਾਈਵਰ ਦੀ ਕੁੱਟਮਾਰ ਕਰਦੀ ਹੈ, ਉਹਦੀ ਗੱਡੀ ਵੀ ਭੰਨ ਤੋੜ ਕਰਦੀ ਹੈ, ਸਾੜ ਵੀ ਸਕਦੀ ਹੈ। ਕਈ ਕੇਸਾਂ ਵਿੱਚ ਤਾਂ ਇੱਦਾਂ ਹੋਇਆ ਕਿ ਡਰਾਈਵਰ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਆ,
ਇਸ ਚੱਕਰ 'ਚ। ਇਸ ਕਰਕੇ ਡਰਾਈਵਰ ਉੱਥੋਂ ਭੱਜਦਾ, ਨਹੀਂ ਤਾਂ ਡਰਾਈਵਰ ਤਾਂ ਜੀ ਰੋਡ ਦੇ ਉੱਤੇ ਕਿਸੇ ਕੁੱਤੇ ਦਾ ਬੱਚਾ ਜਾਂ ਕੋਈ ਛੋਟਾ ਮੋਟਾ ਜੀਵ ਵੀ ਹੋਵੇ ਤਾਂ ਉਹਨੂੰ ਵੀ ਬ੍ਰੇਕ ਮਾਰ ਕੇ ਬਚਾਉਂਦਾ, ਜਾਣ ਬੁੱਝ ਕੇ ਕੋਈ ਵੀ ਐਕਸੀਡੈਂਟ ਨਹੀਂ ਕਰਦਾ। ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਹਾਂ ਕਿ ਇਹ ਕਾਨੂੰਨ ਜਿਹੜਾ ਵਾ ਇਹਨੂੰ ਰੱਦ ਕੀਤਾ ਜਾਵੇ, ਅਤੇ ਜਿਹੜੀਆਂ ਸਿਰ ਕੱਢ ਪੰਜਾਬ ਦੀਆਂ ਯੂਨੀਅਨਾਂ ਨੇ ਉਹਨਾਂ ਨੂੰ ਨਾਲ ਬਿਠਾ ਕੇ ਸਾਂਝੇ ਤੌਰ 'ਤੇ ਗੱਲਬਾਤ ਕਰਕੇ ਫਿਰ ਨਵਾਂ ਕੋਈ ਕਾਨੂੰਨ ਬਣਾਇਆ ਜਾਵੇ, ਆਪਣੇ ਆਪ ਇਹ ਤੁਗਲਕੀ ਫਰਮਾਨ ਜਿਹੜਾ ਵਾ ਉਹ ਨਾ ਸੁਣਾਇਆ ਜਾਵੇ। ਭਾਟੀਆ, ਮੈਂ ਜਾਟ ਟੈਕਸੀ ਯੂਨੀਅਨ ਪ੍ਰੈਜ਼ੀਡੈਂਟ ਓਲ ਓਵਰ ਵਿੰਗ ਤੋਂ ਹਾਂ। ਜੋ ਕਿ ਆਪਾਂ ਪ੍ਰੋਡਕਟਸ ਕਰਦੇ ਹਾਂ ਅੱਜ ਆਪਣੇ ਕਾਲੇ ਕਾਨੂੰਨਾਂ ਲਈ, 7 ਲੱਖ ਜੁਰਮਾਨਾ, 10 ਸਾਲ ਦੀ ਕੈਦ ਹੈ, ਜਾਂ ਉਹਦੇ ਲਈ ਭਾਅ ਜੀ ਸਾਡੇ ਜਦੋਂ ਲਾਇਸੈਂਸ ਬਣ ਗਏ ਸਾਡੇ ਤੋਂ ਹੀ ਉਹਨਾਂ ਨੇ ਚਾਲੂ ਹੋ ਜਾਣਾ ਵਾ। ਹੁਣ ਜਿੰਝ ਕੱਲ੍ਹ ਦਾ ਇੱਕ ਕਾਨੂੰਨ ਆਪਣੇ ਉਹਨਾਂ ਨੇ ਕੀਤਾ ਵਾ ਮਾਨ ਸਾਹਿਬ ਨੇ, ਜਿਹਨਾਂ ਦਾ ਬੱਚਿਆਂ ਦਾ ਨਾ ਲਾਇਸੈਂਸ ਹੋਵੇ ਤਾਂ ਉਹਨਾਂ ਨੂੰ ਮਾਂ ਪਿਓ ਨੂੰ ਸਜਾ ਵਾ। ਸਾਡੇ ਕੋਲ ਲਾਇਸੈਂਸ ਹੈ, ਸਭ ਕੁਛ ਹੈ, ਗੱਡੀਆਂ ਦੇ ਟੈਕਸ ਹੈ, ਪਰਮਿਟ ਹੈ। ਜੇ ਜਾਣਬੁੱਝ ਕੇ ਤਾਂ ਭਾਅ ਜੀ ਆਪਾਂ ਐਕਸੀਡੈਂਟ ਕਰਦੇ ਨਹੀਂ, ਸਾਡੇ ਵੀ ਬੱਚੇ, ਸਾਡੀ ਗੱਡੀ ਦਾ ਵੀ ਨੁਕਸਾਨ ਹੁੰਦਾ, ਸਾਡੇ ਦੇ ਅੱਗੇ ਕੁੱਤਾ ਬਿੱਲੀ ਆ ਜਾਏ ਆਪਾਂ ਤਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਕਾਲੇ ਕਾਨੂੰਨ ਸਾਡੇ ਦੇ ਉੱਪਰ ਹੀ ਇਹਨਾਂ ਨੇ ਥੋਪਣੇ ਹੈ, ਹੋਰ ਬਾਕੀ ਕੋਈ ਨਹੀਂ ਇਹਨਾਂ ਨੂੰ ਇਹਦਾ ਆ ਰਿਹਾ। ਅਡਾਨੀ ਅੰਬਾਨੀ ਵਰਗੇ ਵੀ ਹੈ, ਉਹਨਾਂ ਦੇ ਵੀ ਹੈ, ਉਹਨਾਂ ਦੇ ਉੱਪਰ ਕੁਛ ਨਹੀਂ ਹੈ। ਇੱਕ ਦਿਨ ਦੀ ਟਰੱਕ ਯੂਨੀਅਨ ਨੇ ਹੜਤਾਲ ਕੀਤੀ ਸੀ ਅਤੇ ਇਹਨਾਂ ਨੇ ਫੈਸਲਾ ਕਹਿਤਾ ਵਾ ਰੱਖਿਆ ਹੋਇਆ ਵਾ। ਹੁਣ ਅੱਜ ਤੋਂ ਆਪਾਂ ਵੀ ਟੈਕਸੀ ਯੂਨੀਅਨ ਦੀ ਹੜਤਾਲ ਕਰਾਂਗੇ, ਜਾਂ ਟੈਕਸੀ ਯੂਨੀਅਨ ਦੇ ਨਾਲ ਹਾਂ ਰਹਾਂਗੇ, ਤਾਂ ਅੱਜ ਤੋਂ ਆਪਾਂ ਹੜਤਾਲ ਚਾਲੂ ਹੈ ਸਰ। ਸਰ ਕਾਲੇ ਕਾਨੂੰਨ ਵਾਪਸ ਲੈ ਜਾਣ, ਕੋਈ ਵੱਡੀ ਡਿਮਾਂਡ ਸਾਡੀ ਹੈ ਹੀ ਨਹੀਂ ਹੈ। ਕਾਲੇ ਕਾਨੂੰਨ ਜੋ ਪਹਿਲਾਂ ਚੱਲਦਾ ਸੀ ਉਹੀ ਚੱਲੇ। ਹੁਣ ਇੱਕ ਗਰੀਬ ਕੋਲ, ਡਰਾਈਵਰ ਗਰੀਬ ਕੋਲ ਗੱਡੀ ਵੱਜ ਵੀ ਜਾਵੇ ਤਾਂ ਉਸਨੂੰ ਬਾਅਦ ਸਾਨੂੰ ਮਾਰ ਪੇਟ ਹੋਣੀ ਹੈ, ਜਿੰਝ ਲਾਸਟ ਟਾਈਮ ਤੁਸੀਂ ਦੇਖਿਆ ਵੀ ਹੈ, ਉਹਦੀ ਸੇਬਾਂ ਦੀਆਂ ਰੇਹੜੀਆਂ ਲੁੱਟ ਕੇ ਲੈ ਗਏ, ਗੱਡੀ ਦਾ ਐਕਸੀਡੈਂਟ ਹੋਇਆ, ਤਾਂ ਆਪਾਂ ਤਾਂ ਆਪ ਭੇਜਦੇ ਸਾਡੀ ਜਾਨ ਮਾਰ ਤੋਂ ਸਾਨੂੰ ਬਚਾ ਰਵੇ। ਤਾਂ ਹੁੰਦਾ ਵਾ ਤਾਂ ਕੋਈ ਜਾਣ ਬੁੱਝ ਕੇ ਐਕਸੀਡੈਂਟ ਕਰਦਾ ਨਹੀਂ ਹੈ, ਨਾ ਹੀ ਕਰਨ ਦੀ ਕੋਸ਼ਿਸ਼ ਕਰਦਾ ਵਾ। ਮੇਰਾ ਨਾਂ ਕਸਤੂਰੀ ਲਾਲ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂ ਆਜ਼ਾਦ ਟੈਕਸੀ ਯੂਨੀਅਨ ਦਾ ਇੱਕ ਨੁਮਾਇੰਦਾ ਹਾਂ ਜੀ। ਸੋ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਆ, ਜਿਹੜੇ ਆ ਸਿੱਧਾ ਹੀ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਈਆ ਜਿਹੜਾ ਜੁਰਮਾਨਾ ਆ, ਇਹ ਇੱਕ ਕਾਲਾ ਫੰਦਾ ਜੀ ਜਿਹੜਾ ਸਾਡੇ ਗੱਲ 'ਚ ਪਾ ਦਿੱਤਾ ਗਿਆ ਆ, ਜਿਹ 'ਚ ਕੋਈ ਦਲੀਲ ਅਤੇ ਕੋਈ ਅਪੀਲ ਨਹੀਂ ਹੈਗੀ। ਪਹਿਲਾਂ ਜਿਹੜਾ 304 ਲੱਗਦੀ ਸੀ ਇਹ ਧਾਰਾ, ਉਹਦੇ ਵਿੱਚ ਇਹ ਹੁੰਦਾ ਕਿ ਸਾਡੇ ਥਾਣਿਆਂ ਦੇ ਵਿੱਚ ਜਾ ਕੇ ਸਾਨੂੰ ਜਮਾਨਤ ਮਿਲ ਜਾਂਦੀ ਸਾਡਾ ਲਾਇਸੈਂਸ ਵੇਖ ਕੇ। ਹੁਣ ਤਾਂ ਸਿੱਧਾ ਸਿੱਧਾ ਕੰਮ ਹੈ ਜੀ, ਸਿੱਧੀ ਫਾਂਸੀ ਦੀ ਸਜ਼ਾ ਹੀ ਹੈ ਜੀ ਇੱਕ ਹਿਸਾਬ ਦੀ। ਜੇ ਅਸੀਂ ਲੋਕ ਇਸੇ ਤਰ੍ਹਾਂ ਹੀ ਕਮਾਈ ਕਰਨ ਵਾਲੇ ਹੁੰਦੇ ਜੀ, 7-7 ਲੱਖ ਦੇ ਮਾਲਕ ਹੁੰਦੇ, ਅਸੀਂ ਵੀ ਕਿਤੇ ਕਾਰੋਬਾਰ ਖੋਲ੍ਹ ਕੇ ਚੱਜ ਨਾਲ ਬਹਿੰਦੇ, ਆਪਾਂ ਨੂੰ ਕੀ ਲੋੜ ਹੀ ਇੰਨੀਆਂ ਧੁੰਦਾਂ ਦੇ ਵਿੱਚ, ਇੰਨੀ ਠੰਡ ਦੇ ਵਿੱਚ, ਅਤੇ ਆਪਾਂ ਸੜਕਾਂ 'ਤੇ ਧੱਕੇ ਰਾਤਾਂ ਦਿਨ ਖਾਂਦੇ ਰਹੀਏ। ਸੋ ਜਿਹੜਾ ਕਾਨੂੰਨ ਹੈ ਉਹਨੂੰ ਵਾਪਸ ਲੈਣਾ ਚਾਹੀਦਾ ਕੇਂਦਰ ਸਰਕਾਰ ਨੂੰ, ਜਿਹੜੀ ਸਾਡੇ ਨਾਲ ਵਧੀਕੀ ਹੋ ਰਹੀ ਹੈ, ਇਹਦੇ ਜਵਾਬ ਜਿਹੜੇ ਆ ਇਹਦਾ ਜਿਹੜਾ ਖਮਿਆਜ਼ਾ ਆ ਉਹ ਸਾਡੇ ਪਰਿਵਾਰਾਂ ਨੂੰ ਭੁਗਤਣਾ ਪਵੇਗਾ, ਕਿਉਂਕਿ ਇਕੱਲਾ ਕਮਾਉਣ ਵਾਲੇ ਆ, ਉਹ 4-4, 5-5 ਜੀ ਸਾਡੇ ਜਿਹੜੇ ਖਾਣ ਵਾਲੇ ਨੇ, ਉਹ ਜਿਹੜਾ ਕਿ ਇਹ 7 ਲੱਖ ਰੁਪਈਆ ਦੇ ਸਕਦਾ ਸਾਡੇ ਹੱਕ 'ਚ ਨਹੀਂ ਹੈਗਾ। ਇਹ ਜਿਹੜਾ ਸਾਡੇ ਵਰਖਲਾ ਬਿਲਕੁਲ ਇੱਕ ਕਾਲਾ ਕਾਨੂੰਨ ਤਿਆਰ ਕਰ ਰਹੀ ਹੈ ਕੇਂਦਰ ਸਰਕਾਰ। ਅਸੀਂ ਸਾਰੀ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਇਹਦਾ ਵਿਰੋਧ ਕਰਦੀ ਹਾਂ, ਔਰ ਅਸੀਂ ਇਹ ਜਿਹੜੀ ਨਿਖੇਧੀ ਕਰਦੇ ਹਾਂ ਸਰਕਾਰ ਦੀ ਕਿ ਜਿਹੜਾ ਕਾਨੂੰਨ ਹੈ ਵਾਪਸ ਲਿਆ ਜਾਵੇ ਜਲਦੀ ਤੋਂ ਜਲਦੀ, ਤਾਂ ਜੋ ਅਸੀਂ ਆਪਣੇ ਕਾਰੋਬਾਰ ਕਰ ਸਕੀਏ ਚੰਗੇ ਤਰੀਕੇ ਦੇ ਨਾਲ, ਔਰ ਆਪਣੇ ਪਰਿਵਾਰ ਪਾ ਸਕੀਏ। ਧੰਨਵਾਦ ਜੀ।